ਤਨ ਤਨ ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਪਿੰਡ ਵੱਲਾ ਵਿਖੇ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਕਰਵਾਉਣ ਵਿੱਚ ਗੁਰਪ੍ਰਤਾਪ ਸਿੰਘ USA ਅਤੇ ਬਿਕਰਮਜੀਤ ਸਿੰਘ ਬਿੱਕਾ ਦਾ ਅਹਿਮ ਯੋਗਦਾਨ ਰਿਹਾ। ਪੰਜਾਬ ਦੀਆਂ ਨਾਮਵਾਰ ਟੀਮਾਂ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਜੋਤ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਰਸ਼ਦੀਪ ਸਿੰਘ ਗੋਰਾ, ਸੁਖਮਨਦੀਪ ਸਿੰਘ, ਰਾਜਾ ਧੁੰਨਾ, ਸੁਲਤਾਨਵਿੰਡ, ਨਿਸ਼ਾਂਤ ਸਿੰਘ, ਮਲਕੀਤ ਸਿੰਘ, ਜਸਮੇਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ। ਪ੍ਰਬੰਧਕਾਂ ਨੇ ਆਖਿਆ ਕਿ ਇਹੋ ਜਿਹੇ ਟੂਰਨਾਮੈਂਟ ਹਰ ਪਿੰਡ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦੇ ਨਜ਼ਦੀਕ ਲਿਆਇਆ ਜਾ ਸਕੇ। ਅੱਜ ਪਿੰਡ ਵੱਲਾ ਦੇ ਵਿੱਚ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਕਰਾਇਆ ਜਾ ਰਿਹਾ। ਸਾਡਾ ਵੀਰ USA ਦੇ ਗੁਰਪ੍ਰਤਾਪ ਔਰ ਬਿੱਕਾ ਔਰ ਇਹਨਾਂ ਦੀ ਸਮੁੱਚੀ ਟੀਮ ਮਾਸਟਰ ਜੀ ਹੋਣੀ ਵੱਲੇ ਤੋਂ ਸਾਰੇ ਇਹਨਾਂ ਨੇ ਅੱਜ ਬੜਾ ਵੱਡਾ ਯੋਗਦਾਨ ਇਹਨਾਂ ਦਾ ਸਪੋਰਟਸ ਵਾਲੇ ਮੇਰੇ ਵੀਰਾਂ ਨੂੰ ਦਿੱਤਾ ਆ। ਔਰ ਮੈਂ ਸਮਝਦਾ ਵੀ ਇਸ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਜਿਹੜੇ ਆ ਮੇਲੇ, ਕਬੱਡੀਆਂ, ਪੇਂਡੂ ਖੇਡਾਂ ਜੋ ਸਾਡੀਆਂ ਰਵਾਇਤੀ ਖੇਡਾਂ ਆ ਉਹ ਹੁੰਦੀਆਂ ਜਾਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਜਿਹੜੇ ਸਾਡੇ ਨੌਜਵਾਨ ਆ ਉਹ ਨਸ਼ਿਆਂ ਤੋਂ ਬਚ ਸਕਣ ਔਰ ਜੋ ਛੇਵਾਂ ਦਰਿਆ ਪੰਜਾਬ ਨਸ਼ਿਆ ਦਾ ਵਗ ਰਿਹਾ ਉਹਨਾਂ ਤੋਂ ਬੱਚੇ ਦੂਰ ਹੋਣ। ਇਸ ਤਰ੍ਹਾਂ ਹੀ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਪਿੰਡ ਵਾਈਜ਼, ਸ਼ਹਿਰਾਂ ਵਾਈਜ਼। ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਪਿੰਡ ਵੱਲਾ ਵਿਖੇ। ਮੈਂ ਇਹਨਾਂ ਨੌਜਵਾਨਾਂ ਨੂੰ ਮੁਬਾਰਕਬਾਦ ਦਿੰਦਾ ਅਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜਾ ਇਹਨਾਂ ਨੌਜਵਾਨ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੁੜਨ ਦਾ ਉਪਰਾਲਾ ਕੀਤਾ ਅਤੇ ਮੈਂ ਆਸ ਕਰਦਾ ਕਿ ਹਰ ਸਾਲ ਇਹ ਜਿਹੜਾ ਟੂਰਨਾਮੈਂਟ ਹੈ ਇਸੇ ਤਰ੍ਹਾਂ ਹੀ ਹੋਇਆ ਜਾਊਗਾ, ਬੜੀ ਧੂਮਧਾਮ ਨਾਲ ਮਨਾਇਆ ਜਾਊਗਾ। ਬਾਬਾ ਰੋੜੀ ਪੀਰ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮੈਚ ਕਰਵਾਏ ਨੇ ਪਰ ਇਸ ਵਾਰ ਕਬੱਡੀ ਕੱਪ ਅੱਗੇ ਕੁਸ਼ਤੀਆਂ ਕਰਾਈ ਜਾਂਦੀਆਂ ਇਸ ਵਾਰ ਜਿਹੜਾ ਵਾ ਉਹ ਕਬੱਡੀ ਕੱਪ ਕਰਾਇਆ ਗਿਆ ਅਤੇ ਮੈਂ ਬੜਾ ਧੰਨਵਾਦੀ ਹਾਂ ਮੇਰੇ ਜਿਹੜੇ ਸਾਰੇ ਵੀਰ ਜਿਨ੍ਹਾਂ ਨੇ ਮੇਰਾ ਬੜਾ ਰਾਤ ਦਿਨ ਸਾਥ ਦਿੱਤਾ ਅਤੇ ਮੈਂ ਮੇਰੀ ਸੋਚ ਇਹੋ ਵੀ ਹਰ ਵਾਰੀ ਐਤਕੀ ਵੀ ਬੜਾ ਵਧੀਆ ਅੰਗਾਰਾ ਮਿਲਿਆ ਸਾਨੂੰ ਕਬੱਡੀ ਦਾ। ਅਸੀਂ ਕੋਸ਼ਿਸ਼ ਸਾਡੀ ਇਹ ਰਹੋਗੀ ਵੀ ਹਰ ਸਾਲ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਕੱਪ ਕਰਾਵਾਂਗੇ ਅਸੀਂ ਅਤੇ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਸਾਰੇ ਮੇਰੇ ਸੱਜਣ ਪਹੁੰਚੇ ਇੱਥੇ। ਵੇਖੋ ਜੀ ਇਹਦੇ ਵਿੱਚ ਨੌਜਵਾਨਾਂ ਦਾ ਫਾਇਦਾ ਹੀ ਫਾਇਦਾ ਜੀ, ਜਿਹੜੇ ਬੰਦੇ ਕੋਈ ਵੀ ਹੈਗੇ ਨੇ ਆਪਣੇ ਘਰ ਦੇ ਵਿੱਚ ਨਸ਼ੇ ਛੱਡ ਕੇ ਇਸ ਬੰਨੇ ਅੱਗੇ ਆਉਣ, ਠੀਕ ਆ ਜੀ, ਇਹਦੇ ਨਾਲ ਇੱਕ ਸਰੀਰ ਤੁਹਾਡਾ ਤੰਦਰੁਸਤ ਰਹੇਗਾ, ਚੰਗੀ ਪਛਾਣ ਸੁਖਿਆ ਮਿਲਦੀ ਆ, ਇਹਦੇ ਨਾਲ ਤੁਹਾਨੂੰ ਚੰਗਿਆ ਤੁਹਾਨੂੰ ਸਾਰਾ ਤੁਹਾਨੂੰ ਮਿਲੇਗਾ ਜੀ। ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਜੀ, ਬਿਕਰਮਜੀਤ ਸਿੰਘ ਬਿੱਕਾ ਜੀ ਨੇ ਜੋ ਵੀ ਕਰਵਾਇਆ ਟੂਰਨਾਮੈਂਟ ਇਹ ਬਹੁਤ ਹੀ ਵਧੀਆ ਜੀ। ਨਸ਼ਿਆਂ ਦੇ ਖਿਲਾਫ਼ ਜਾਰੀ ਜੰਗ ਵਿੱਚ ਜਿੱਥੇ ਪੰਜਾਬ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੇ ਤੌਰ 'ਤੇ ਕੰਮ ਕਰ ਰਹੀਆਂ ਨੇ ਉੱਥੇ ਹੀ ਹੁਣ ਪਿੰਡਾਂ ਦੇ ਲੋਕ ਵੀ ਜਾਗਰੂਕ ਹੁੰਦੇ ਦਿਖਾਈ ਦੇ ਰਹੇ ਨੇ। ਪਿੰਡ ਵੱਲਾ ਦੇ ਨੌਜਵਾਨਾਂ ਵੱਲੋਂ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਲਈ ਪਹਿਲਾ ਕਬੱਡੀ ਟੂਰਨਾਮੈਂਟ ਆਯੋਜਿਤ ਕੀਤਾ ਜਿਸ ਵਿੱਚ ਨਾਮਵਾਰ ਟੀਮਾਂ ਨੇ ਭਾਗ ਲਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸੋ ਲੋੜ ਹੈ ਕਿ ਅੱਜ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ। ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ, ਫਾਸਟਵੇ ਨਿਊਜ਼।